ਰਜਿੰਦਰ ਸਿੰਘ 베ਦੀ ਦੀ ਕਹਾਣੀ ਗਰਮਕੋਟ ਦਾ ਬਾਕੀ ਦਾ ਹਿੱਸਾ ਇਸ ਸਮੇਂ ਸ਼ਮੀ ਬੈਲਜੀਮੀ ਸ਼ੀਸ਼ੇ ਦੀ ਤੁੰਧਲਾਈ ਹੋਈ ਟੁਕੜੀ ਦੇ ਸਾਹਮਣੇ ਆਪਣੀ ਕਫੂਰੀ ਚਿੱਟੇ ਸੂਟ ਚ ਖੜੀ ਸੀ ਮੈਂ ਛੁਪ ਲਈ ਉਹਦੇ ਪਿੱਛੇ ਜਾ ਕੇ ਖੜਾ ਹੋਇਆ ਤੇ ਕਹਿਣ ਲੱਗਾ ਮੈਂ ਦੱਸਾਂ ਇਸ ਵੇਲੇ ਤੂੰ ਕੀ ਸੋਚ ਰਹੀ ਹੈ ਦੱਸੋ ਤਾਂ ਜਾਣਾ ਤੂੰ ਸੋਚ ਰਹੀ ਹੈ ਕਫੂਰੀ ਸਫੇਦ ਸੂਟ ਦੇ ਨਾਲ ਉਹ ਕਫੂਰੀ ਰੰਗ ਦੇ ਮੀਨਾਕਾਰੀ ਵਾਲੇ ਕਾਂਟੇ ਪਾ ਕੇ ਜਿਲੇਦਾਰਨੀ ਦੇ ਘਰ ਜਾਵਾਂ ਤਾਂ 당 ਰਹਿ ਜਾਏਗੀ ਉਹ ਨਹੀਂ ਤਾਂ ਸ਼ੰਮੀ ਨੇ ਹੱਸਦਿਆਂ ਕਿਹਾ ਤੁਹਾਨੂੰ ਮੇਰੀਆਂ ਅੱਖਾਂ ਨਾਲ ਪਿਆਰ ਹੁੰਦਾ ਤਾਂ ਕਦੇ ਦਾ ਗਰਮ ਮੈਂ ਸ਼ੰਮੀ ਦੇ ਮੂੰਹ ਤੇ ਹੱਥ ਰੱਖ ਦਿੱਤਾ ਮੇਰੀ ਸਾਰੀ ਖੁਸ਼ੀ ਬੇਬਸੀ ਚ ਬਦਲ ਗਈ ਮੈਂ ਅੱਤ ਤੇ ਮੀਂਹ ਵਾਸਤੇ ਕਿਹਾ ਬਸ ਇੱਧਰ ਵੇਖ ਅਗਲੇ ਮਹੀਨੇ ਜ਼ਰੂਰ ਖਿਰ ਰੀਤ ਲਵਾਵਾਂਗਾ ਹਾਂ ਜੀ ਜਦੋਂ ਸਰਦੀ ਫਿਰ ਮੈਂ ਆਪਣੇ ਉਸ ਹਸੀਨ ਦੁਨੀਆ ਨੂੰ ਜਿਹਨੂੰ ਸਜਣ ਲਈ ਸਿਰਫ 10 ਰੁਪਏ ਖਰਚ ਹੁੰਦੇ ਸਨ ਕਲਪਨਾ ਚ ਵਸਾਈ ਬਾਜ਼ਾਰ ਵੱਲ ਤੁਰ ਗਿਆ ਮੇਰੇ ਸਿવાય ਨਾਰਕਲੀ ਚ ਤੁਰੇ ਫਿਰਦੇ ਹਰੇਕ ਇੱਜ਼ਤਦਾਰ ਆਦਮੀ ਦੇ ਗਰਮ ਸੂਟ ਪਾਇਆ ਹੋਇਆ ਸੀ ਲਾਹੌਰ ਦੇ ਇੱਕ ਲੰਮੇ ਝੰਮੇ ਜੈਂਟਲਮੈਨ ਦੀ ਗਰਦਨ ਨੈਕਟਾਈ ਤੇ ਕਸੇ ਕਾਲਰ ਦੇ ਸਬਬ ਨਾਲ ਮੇਰੇ ਛੋਟੇ ਭਰਾ ਦੇ ਪਾਲਤੂ ਕੁੱਤੇ ਟਾਈਗਰ ਦੀ ਗਰਦਨ ਵਾਂਗ ਆਕੜੀ ਹੋਈ ਸੀ ਮੈਂ ਉਹਨਾਂ ਸੂਟਾਂ ਵੱਲ ਦੇਖਦੇ ਆ ਬੁੜਬੜਾਇਆ ਲੋਕ ਸੱਚਮੁੱਚ ਹੀ ਕੰਗਾਲ ਹੋ ਗਏ ਨੇ ਇਸ ਮਹੀਨੇ ਪਤਾ ਨਹੀਂ ਕਿੰਨਾ ਸੋਨਾ ਚਾਂਦੀ ਸਾਡੇ ਦੇਸ਼ ਤੋਂ ਬਾਹਰ ਚਲਾ ਗਿਆ ਕਾਂਡਿਆਂ ਵਾਲੀ ਦੁਕਾਨ ਤੇ ਮੈਂ ਕਈ ਜੋੜੇ ਕਾਂਟੇ ਵੇਖੇ ਆਪਣੀ ਕਲਪਨਾ ਦੀ ਕਲਾਕਾਰੀ ਨਾਲ ਬਣਾਈ ਕਫੂਰੀ ਸਫੈਦ ਸੂਟ ਵਿੱਚ ਸ਼ਮੀ ਦੀ ਤਸਵੀਰ ਨੂੰ ਕਾਂਟੇ ਪਵਾ ਪਵਾ ਕੇ ਪਸੰਦ ਜਾਂ ਨਾ ਪਸੰਦ ਕੀਤੇ ਕਫੂਰੀ ਸਫੈਦ ਸੂਟ ਕਫੂਰੀ ਮੀਨਾਕਾਰੀ ਵਾਲੇ ਕਾਂਟੇ ਅਨੇਕਾਂ ਡਿਜ਼ਾਈਨ ਹੋਣ ਦੇ ਬਾਵਜੂਦ ਮੈਂ ਇੱਕ ਵੀ ਤਾਂ ਨਹੀਂ ਸੀ ਚੁਣ ਸਕਿਆ ਉਸ ਸਮੇਂ ਬਾਜ਼ਾਰ 'ਚ ਮੈਨੂੰ ਜੀਅ ਜ਼ਦਾਨੀ ਮਿਲ ਗਿਆ। ਉਹ ਮਨੋਰੰਜਨ ਕਲੱਬ ਵਿੱਚੋਂ ਜਿਹੜਾ ਅਸਲ 'ਚ ਅਪ੍ਰੀਲ ਕਲੱਬ ਸੀ 15 ਰੁਪਏ ਜਿੱਤ ਕੇ ਆਇਆ ਸੀ। ਅੱਜ ਉਹਦੇ ਚਿਹਰੇ ਉੱਤੇ ਜੀਵਨ ਦੀ ਰੌਣਹ ਦਿਖਾਈ ਦੇ ਰਹੀ ਸੀ, ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਮੈਂ ਇੱਕ ਹੱਥ ਨਾਲ ਆਪਣੇ ਕੋਟ ਦੀ ਜੇਬ ਦੇ ਵੱਟ ਛੁਪਾਉਣ ਲੱਗ ਪਿਆ। ਛੇਟਲੀ ਖੱਬੀ ਜੇਬ ਉੱਤੇ 1 ਰੁਪਏ ਜਡੀ ਕੋਟ ਦੇ ਰੰਗ ਨਾਲ ਰਲਦੀ ਮਿਲਦੀ ਬੜੀ ਭੱਦੀ ਟਾਕੀ ਲੱਗੀ ਹੋਈ ਸੀ। ਮੈਂ ਉਹਨੂੰ ਵੀ ਇੱਕ ਹੱਥ ਨਾਲ ਛੁਪਾ ਰਿਹਾ ਸਾਂ। ਫਿਰ ਮੈਂ ਦਿਲ ਚ ਕਹਿਆ ਕੀ ਪਤਾ ਇਹ ਜਦਾਨੀ ਨੇ ਮੇਰੇ ਮੋਢੇ ਤੇ ਹੱਥ ਰੱਖਣ ਤੋਂ ਪਹਿਲਾਂ ਮੇਰੀ ਜੇਬ ਦੇ ਵੱਟ ਤੇ ਉਹ ਰੁਪਈਏ ਜਿਹੜੀ ਕੋਟ ਦੇ ਰੰਗ ਦੀ ਟਾਕੀ ਵੇਖ ਲਏ ਹੁਣ ਅੰਦਰੇ ਦੁਵੰਦ ਛਿੜ ਪਿਆ ਪਰ ਮੈਂ ਦਲੇਰੀ ਨਾਲ ਆਪਣੇ ਆਪ ਨੂੰ ਕਿਹਾ ਮੈਨੂੰ ਕੀ ਪਰਵਾ ਇਹ ਜਦਾਨੀ ਮੈਨੂੰ ਕਿਹੜਾ ਕੋਈ ਥੈਲੀਆਂ ਬਖਸ਼ ਦਏਗਾ ਤੇ ਇਹ ਗੱਲ ਹੈ ਵੀ ਕਿੱਡੀ ਇਹ ਜਦਾਨੀ ਤੇ ਸੰਤਾ ਸਿੰਘ ਨੇ ਮੈਨੂੰ ਕਈ ਵਾਰ ਕਿਹਾ ਕਿ ਉਹ ਉੱਚੇ ਵਿਚਾਰਾਂ ਦੀ ਵਧੇਰੇ ਕਦਰ ਕਰਦੇ ਨੇ ਬਸ ਸਟੇਟ ਦੀ ਘਟ ਤੇ ਜੇ ਮੈਨੂੰ ਕੋਈ ਪੁੱਛੇ ਤਾਂ ਮੈਂ ਬਰਸਡੇਟ ਦੀ ਕਦਰ ਵੱਧ ਕਰਦਾ ਤੇ ਉੱਚੇ ਵਿਚਾਰਾਂ ਦੀ ਘੱਟ ਇਹ ਜਦ ਤਨੀ ਚਲਾ ਗਿਆ ਤੇ ਜਦੋਂ ਤੀਕੂ ਅੱਖਾਂ ਤੋਂ ਔਲੇ ਨਹੀਂ ਹੋ ਗਿਆ ਮੈਂ ਗੌਰ ਨਾਲ ਉਹਦੇ ਕੋਟ ਦੇ ਬਰਸਡੇਟ ਨੂੰ ਪਿਛਲੇ ਪਾਸਿਓਂ ਦੇਖਦਾ ਰਿਹਾ ਫਿਰ ਮੈਂ ਸੋਚਿਆ ਕਿ ਸਭ ਤੋਂ ਪਹਿਲਾਂ ਮੈਨੂੰ ਪੁਸ਼ਪਾ ਮਣੀ ਲਈ ਗੁਲਾਬ ਜਾਮਣਾ ਤੇ ਅਮਰਤੀਆਂ ਖਰੀਦ ਲੈਣੀਆਂ ਚਾਹੀਦੀਆਂ ਨੇ ਵਾਪਸੀ ਵੇਲੇ ਕਿਤੇ ਸੱਚਮੁੱਚ ਇਹ ਨਾ ਭੁੱਲ ਜਾਵਾਂ ਘਰ ਪਹੁੰਚ ਕੇ ਉਹਨਾਂ ਨੂੰ ਲੁਕਾਉਣ 'ਚ ਖੂਬ ਤਮਾਸ਼ਾ ਹੋਏਗਾ ਮਠਿਆਈ ਵਾਲੀ ਦੁਕਾਨ ਤੇ ਉਬਲਦੇ ਤੇਲ ਚ ਕਚੌਰੀਆਂ ਖੂਬ ਫੁੱਲ ਰਹੀਆਂ ਸਨ ਮੇਰੇ ਮੂੰਹ ਚ ਪਾਣੀ ਆ ਗਿਆ ਇਹ ਨੋਈ ਜਿਵੇਂ ਗੁਲਾਬ ਜਾਮਨ ਦਾ ਨਾਂ ਲੈਨੇ ਪੁਸ਼ਪਮਣੀ ਦੇ ਮੂੰਹ ਚ ਆਇਆ ਸੀ ਕਬਜ਼ ਤੇ ਇਤ੍ਰੀਫਲ ਜਮਾਨੀ ਦਾ ਚੇਤਾ ਹੋਣ ਦੇ ਬਾਵਜੂਦ ਮੈਂ ਪੱਥਰ ਦੀ ਮੇਜ਼ ਉਤੇ ਕੋਹਣੀਆਂ ਟਿਕਾ ਕੇ ਬੜੇ ਸਵਾਦ ਨਾਲ ਕਚੌਰੀਆਂ ਖਾਣ ਲੱਗ ਪਿਆ ਹੱਥ ਧੋਣ ਪਿੱਛੇ ਜਦੋਂ ਪੈਸਿਆਂ ਲਈ ਜੇਬ ਟਟੋਲੀ ਤਾਂ ਉਸ ਚ ਕੁਝ ਵੀ ਨਹੀਂ ਸੀ ਦਾਸਤਾ ਨੋਟ ਕਿਤੇ ਡਿੱਗ ਪਿਆ ਸੀ ਕੋਟ ਦੀ ਅੰਦਰਲੀ ਜੇਬ 'ਚ ਇੱਕ ਵੱਡਾ ਸਾਰਾ ਸੁਰਾਖ ਹੋਇਆ ਹੋਇਆ ਸੀ। ਨਕਲੀ ਰੇਸ਼ਮ ਨੂੰ ਟਿੱਡੀਆਂ ਚਟਮ ਕਰ ਗਈਆਂ ਸਨ। ਜੇਬ 'ਚ ਹੱਥ ਪਾਇਆ ਉਸ ਜਗ੍ਹਾ ਤੋਂ ਜਿੱਥੇ ਮਰਾਂਜ਼ਾ ਮਰਾਂਜ਼ਨ ਕੰਪਨੀ ਦਾ ਲੇਬਲ ਲੱਗਿਆ ਸੀ। ਮੇਰਾ ਹੱਥ ਬਾਹਰ ਨਿਕਲ ਆਇਆ। ਨੋਟ ਉੱਥੋਂ ਦੀ ਕਿਦਰੀ ਡਿੱਗ ਪਿਆ ਹੋਵੇਗਾ। ਇੱਕੋ ਪਲ ਚੇਂਜ ਦਿਖਾਈ ਦੇਣ ਲੱਗਾ ਜਿਵੇਂ ਕੋਈ ਭੂਲੀ ਜੀਂ ਪੇੜ ਆਪਣੀ ਖੂਬਸੂਰਤ ਮੁਲਾਇਮ ਉਨ ਲੱਥ ਜਾਣ ਪਿੱਛੋਂ ਦਿਖਾਈ ਦਿੰਦੀ ਹੈ। ਹਲਵਾਈ ਨੇ ਤਾੜ ਲਿਆ ਖੁਦ ਹੀ ਬੋਲਿਆ ਕੋਈ ਗੱਲ ਨਹੀਂ ਬਾਊ ਜੀ ਪੈਸੇ ਕੱਲ ਆ ਜਾਣਗੇ ਮੈਂ ਕੁਛ ਨਾ ਬੋਲਿਆ ਕੁਝ ਬੋਲ ਹੀ ਨਹੀਂ ਸੀ ਸਕਦਾ ਸਿਰਫ ਧੰਨਵਾਦ ਕਰਦੀਆਂ ਨਜ਼ਰਾਂ ਨਾਲ ਹਲਵਾਈ ਵੱਲ ਤੱਕਿਆ ਉਹਦੇ ਕੋਲ ਹੀ ਗੁਲਾਬ ਜਾਮਨਾ ਚਸ਼ਨੀ 'ਚ ਤੈਰ ਰਹੀਆਂ ਸਨ ਤੇਲ 'ਚ ਫੁੱਲ ਰਹੀਆਂ ਹੋਈਆਂ ਕਚੌਰੀਆਂ ਦੇ ਧੂਏਂ 'ਚ ਹਲਕੀਆਂ ਲਾਲ ਅਮਰਤੀਆਂ ਦਿਲ ਨੂੰ ਦਾਗ ਦਾਗ ਰਹੀਆਂ ਸਨ ਤੇ ਅੱਖਾਂ ਸਾਵੇਂ ਪੁਸ਼ਪਮਣੀ ਦੀ ਧੁੰਦਲੀ ਉਦਾਸ ਤਸਵੀਰ ਘੁੰਮ ਰਹੀ ਸੀ ਮੈਂ ਉੱਥੋਂ ਬਦਾਮੀ ਬਾਗ ਵੱਲ ਤੁਰ ਪਿਆ ਅੱਧਾ ਪੌਣਾ ਘੰਟਾ ਬਦਾਮੀ ਬਾਗ ਦੀ ਰੇਲਵੇ ਲਾਈਨ ਦੇ ਨਾਲ-ਨਾਲ ਤੁਰਦਾ ਰਿਹਾ। ਇਸ ਸਮੇਂ ਵਿੱਚ ਜੰਕਸ਼ਨ ਵੱਲੋਂ ਇੱਕ ਮਾਲ ਗੱਡੀ ਆਈ। ਉਸ ਤੋਂ 5 ਮਿੰਟ ਬਾਅਦ ਇੱਕ ਸ਼ੰਟ ਕਰਦਾ ਹੋਇਆ ਇੰਜਨ ਜਿਸ ਵਿੱਚੋਂ ਦਗਦੇ ਹੋਏ ਸੁਰਖ ਕੋਲੇ ਲਾਈਨਾਂ ਵਿੱਚ ਘਰ ਰਹੇ ਸਨ। ਪਰ ਉਦੋਂ ਹੀ ਨੇੜੇ ਦੀ ਇੱਕ ਸੌਲਟ ਰਿਫਾਇਨਰੀ ਦੇ ਕੁਝ ਮਜ਼ਦੂਰ ਓਵਰਟਾਈਮ ਲਾ ਕੇ ਵਾਪਸ ਆ ਰਹੇ ਨਜ਼ਰ ਆਏ। ਮੈਂ ਲਾਈਨ ਦੇ ਨਾਲ-ਨਾਲ ਦਰਿਆ ਦੇ ਪੁਲ ਤੇ ਕਿ ਤੁਰਿਆ ਗਿਆ। ਚਾਨਣੀ ਰਾਤ ਚ ਠੰਡ ਦੇ ਬਾਵਜੂਦ ਕਾਲੇ ਦੇ ਕੁਝ ਮੌਜੀ ਨੌਜਵਾਨ ਕਿਸ਼ਤੀ ਚਲਾ ਰਹੇ ਸਨ ਕੁਦਰਤ ਨੇ ਅਜੀਬ ਸਜ਼ਾ ਦਿੱਤੀ ਹੈ ਮੈਨੂੰ ਮੈਂ ਸੋਚਿਆ ਪੁਸ਼ਪਮਣੀ ਲਈ ਗੋਟੇ ਦੀ ਮਗਦੀ ਦਸੂਤੇ ਗੁਲਾਬ ਜਾਮਣਾ ਤੇ ਸ਼ਮੀਲੀ ਕਾਫੂਰੀ ਮੀਨਾਕਾਰੀ ਵਾਲੇ ਕਾਂਟੇ ਖਰੀਦਣ ਨਾਲੋਂ ਵੱਡਾ ਕੋਈ ਪਾਪ ਸਿਰ ਚੜਿਆ ਹੋ ਸਕਦਾ ਕਿਦੀ ਬੇਰਹਿਮੀ ਤੇ ਬੇਦਰਦੀ ਨਾਲ ਮੇਰੀ ਇੱਕ ਹੁਸੈਨ ਪਰ ਬੜੀ ਸਸਤੀ ਦੁਨੀਆ ਬਰਬਾਦ ਕਰ ਦਿੱਤੀ ਗਈ ਜੀ ਤਾਂ ਚਾਹੁੰਦਾ ਕਿ ਮੈਂ ਵੀ ਕੁਦਰਤ ਦਾ ਇੱਕ ਸ਼ਾਹਕਾਰ ਤੋੜ ਮਰੋੜ ਕੇ ਰੱਖ ਦਿਆ ਪਰ ਪਾਣੀ ਚ ਕਿਸ਼ਤੀ ਚਲਾ ਰਿਆ ਮੁੰਡਾ ਕਹਿ ਰਿਹਾ ਸੀ ਇਸ ਮੌਸਮ ਵਿੱਚ ਤਾਂ ਰਾਵੀ ਦਾ ਪਾਣੀ ਕਿਤੇ ਵੀ ਗੁੱਡੇ ਗੁੱਡੇ ਤੋਂ ਵੱਧ ਨਹੀਂ ਹੁੰਦਾ ਸਾਰਾ ਪਾਣੀ ਤਾਂ ਉੱਪਰੇ ਉੱਪਰ ਦੁਆਬੇ ਚ ਖਪ ਜਾਂਦਾ ਐ ਐਸੀ ਹੁੰਝ ਵੀ ਅੱਜ ਕੱਲ ਪਹਾੜਾਂ ਦੀ ਬਰਫ਼ ਨਹੀਂ ਖੁਰਦੀ ਦੂਜੇ ਨੇ ਕਿਹਾ ਮੈਂ ਲਾਚਾਰਾ ਮੰਗ ਕਰ ਪਰਤ ਆਇਆ ਤੇ ਬੜੀ ਬੇਦਲੀ ਜਿਹੀ ਨਾਲ ਕੁੰਡਾ ਖੜਕਾਇਆ ਮੇਰੀ ਇੱਛਾ ਤੇ ਅੰਦਾਜ਼ੇ ਦੇ ਮੁਤਾਬਕ ਪੁਸ਼ਪਮਣੀ ਤੇ ਬੱਚੂ ਨਿੱਕੂ ਬੜਾ ਚੇਰ ਪਹਿਲਾਂ ਉੱਠ ਲੀਸ ਤੋਂ ਉੱਠ ਕੇ ਬਿਸਤਰੇ 'ਚ ਜਾ ਸੁੱਤੇ ਸਨ। ਸ਼ਮੀ ਚੁੱਲ੍ਹੇ ਕੋਲ ਸ਼ਤੂਤ ਦੇ ਸਹਿਕਰੇ ਕੋਲਿਆਂ ਨੂੰ ਸੇਕਦੀ ਹੋਈ ਕਈ ਵਾਰ ਉងਗੀ ਤੇ ਕਈ ਵਾਰ ਜਾਗੀ ਹੋਏਗੀ। ਉਹ ਮੈਨੂੰ ਖਾਲੀ ਹੱਥ ਵੇਖ ਕੇ ਤਰਬ ਕੀ। ਮੈਂ ਉਹਦੇ ਸਾਹਮਣੇ ਚੋਰ ਜੇਬ 'ਚ ਹੱਥ ਪਾਇਆ ਤੇ ਲੇਬਲ ਹੀਟੋਂ ਹੱਥ ਕੱਢ ਕੇ ਵਿਖਾ ਦਿੱਤਾ। ਸ਼ਮੀ ਸਭ ਕੁਝ ਸਮਝ ਗਈ। ਕੁਝ ਨਹੀਂ ਬੋਲੀ। ਕੁਝ ਬੋਲ ਹੀ ਨਹੀਂ ਸਕਦੀ। ਮੈਂ ਕੋਟ ਕਿੱਲੀ ਤੇ ਟੰਗ ਦਿੱਤਾ। ਮੇਰੇ ਕੋਲ ਹੀ ਕੰਧ ਨਾਲ ਢੋ ਲਾ ਕੇ ਸ਼ਮੀ ਬੈਠ ਗਈ। ਅਸੀਂ ਦੋਵੇਂ ਸੁੱਤੇ ਹੋਏ ਬੱਚਿਆਂ ਦੇ ਕਿੱਲੀ ਤੇ ਟੰਗੇ ਕੋਟ ਵੱਲ ਦੇਖਦੇ ਰਹੇ ਤੇ ਜੇ ਸ਼ਮੀ ਨੇ ਮੈਨੂੰ ਡਿੱਕੇ ਵਗੈਰ ਉਹ ਕਫੂਰੀ ਸੂਟ ਬਦਲ ਲਿਆ ਹੁੰਦਾ ਤਾਂ ਮੇਰੀ ਹਾਲਤ ਸ਼ਾਇਦ ਇੰਨੀ ਪਤਲੀ ਨਾ ਹੁੰਦੀ ਯਜਦਾਨੀ ਤੇ ਸੰਤਾ ਸਿੰਘ ਮਨੋਰੰਜਨ ਕਲੱਬ 'ਚ ਅਪ੍ਰੈਲ ਖੇਡ ਖੇਡ ਰਹੇ ਸੀ ਉਹਨਾਂ ਦੋ-ਦੋ ਕਟਲਾਈ ਵੀ ਹੋਈ ਸੀ ਮੈਨੂੰ ਵੀ ਪੀਣ ਲਈ ਕਹਿਣ ਲੱਗੇ ਪਰ ਮੈਂ ਇਨਕਾਰ ਕਰ ਦਿੱਤਾ ਇਸ ਲਈ ਕਿ ਮੇਰੀ ਜੇਬ 'ਚ ਪੈਸੇ ਨਹੀਂ ਸੀ ਸੰਤਾ ਸਿੰਘ ਨੇ ਆਪਣੇ ਵੱਲੋਂ ਇੱਕ ਅੱਧਾ ਘੁੱਟ ਜ਼ਬਰਦਸਤੀ ਲਵਾ ਦਿੱਤੀ ਸ਼ਾਇਦ ਇਸ ਲਈ ਕਿ ਉਸ ਤਾੜ ਲਿਆ ਸੀ ਕਿ ਇਹਦੇ ਕੋਲ ਪੈਸੇ ਨਹੀਂ ਸ਼ਾਇਦ ਇਸ ਲਈ ਕਿ ਉੱਚੇ ਵਿਚਾਰਾਂ ਦੀ ਕਦਰ ਬਸ ਸਟੇਟ ਨਾਲੋਂ ਵਧੇਰੇ ਕਰਦਾ ਸੀ ਤੇ ਜਿਵੇਂ ਘਰੇ ਸ਼ਾਮ ਸ਼ਮੀ ਨੂੰ ਉਸ ਦਿਨ ਉਹੀ ਕਫੂਰੀ ਸੂਟ ਪਾਇਆ ਵੇਖ ਕੇ ਨਾ ਆਇਆ ਹੁੰਦਾ ਤਾਂ ਸ਼ਾਇਦ ਪ੍ਰੇਲ ਜ ਕਿਸਮਤ ਅਜ਼ਮਾਈ ਕਰਨ ਨੂੰ ਮੇਰਾ ਜੀ ਵੀ ਨਾ ਕਰਦਾ ਮੈਂ ਸੋਚਿਆ ਕਾਸ਼ ਮੇਰੀ ਜੇਬ 'ਚ 1-2 ਰੁਪਏ ਹੁੰਦੇ ਇਹ ਢੀ ਵੱਡੀ ਗੱਲ ਸੀ ਕਿ ਮੈਂ ਵੀ ਵਾਵਾ ਸਾਰੇ ਰੁਪਏ ਬਣਾ ਲੈਂਦਾ ਪਰ ਮੇਰੀ ਜੇਬ ਵਿੱਚ ਤਾਂ ਕੁਲ ਪੌਣੇ 4 ਆਨੇ ਸੀ ਯਜਦਾਨੀ ਤੇ ਸੰਤਾ ਸਿੰਘ ਬੜੇ ਵਧੀਆ ਬਸ ਸਟੇਟ ਦੇ ਸੂਟ ਪਾਈ ਨੇਕ ਆਲਮ ਦੇ ਸੈਕਟਰੀ ਨਾਲ ਝਗੜ ਰਹੇ ਸਨ ਨੇਕ ਆਲਮ ਕਹਿ ਰਿਹਾ ਸੀ ਕਿ ਉਹ ਮਨੋਰੰਜਨ ਕਲੱਬ ਨੂੰ ਪ੍ਰੇਲ ਕਲੱਬ ਤੇ ਬਾਰ ਬਣਿਆ ਕਤਈ ਨਹੀਂ ਵੇਖ ਸਕਦਾ ਉਦੋਂ ਮੈਂ ਇੱਕ ਨਮਾਣੇ ਜੇਬ ਬੰਦੇ ਵਾਂਗ ਜੇਬ 'ਚ ਹੱਥ ਪਾਇਆ ਸੀ ਤਕਿਆ ਸੀ ਕੀ ਆਪਣੇ ਟੱਬਰ ਤੇ ਬੱਚਿਆਂ ਲਈ ਕੁਝ ਖਰੀਦਣਾ ਕੁਦਰਤੀਆਂ ਨਜ਼ਰਾਂ ਚ ਪਾਪ ਹੈ ਇਸ ਹਿਸਾਬ ਨਾਲ ਤਾਂ ਪ੍ਰੇਲ ਖੇਡਣ ਲਈ ਉਹਨੂੰ ਆਪਣੀ ਜੇਬ ਚ ਪੈਸੇ ਦੇਣੇ ਚਾਹੀਦੇ ਨੇ ਹੀ 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 ਖੀ ਖੀ ਗੀ ਗੀ ਕੋਟ ਦੇ ਅੰਦਰਲੇ ਖੀਸੇ ਯਾਨੀ ਖੱਬੀ ਹੇਠਲੀ ਜੇਬ ਦੇ ਪਿਛਲੇ ਪਾਸੇ ਮੈਨੂੰ ਇੱਕ ਕਾਗਜ਼ ਸਰਕਦਾ ਹੋਇਆ ਮਹਿਸੂਸ ਹੋਇਆ ਉਹਨੂੰ ਸਰਕਾ ਸਰਕਾ ਕੇ ਮੈਂ ਸੱਜੀ ਜੇਬ ਦੇ ਸੁਰਾਖ ਵਿੱਚੋਂ ਬਾਹਰ ਕੱਢ ਲਿਆ 10 ਰੁਪਏ ਦਾ ਉਹੀ ਨੋਟ ਸੀ ਜਿਹੜਾ ਉਸਨੰਦਰਲੀ ਜੇਬ ਦੇ ਸੁਰਾਖ ਚੋਂ ਲੰਘ ਕੇ ਕੋਟ ਦੇ ਅੰਦਰ ਅੰਦਰ ਗਵਾਚ ਗਿਆ ਸੀ ਉਸ ਦਿਨ ਮੈਂ ਕੁਦਰਤ ਤੋਂ ਬਦਲਾ ਲਿਆ ਮੈਂ ਉਹਦੀ ਇੱਛਾ ਦੇ ਬਾਵਜੂਦ ਪ੍ਰੇਲ-ਵਰੇਲ ਨਹੀਂ ਖੇਡਿਆ ਨੋਟ ਨੂੰ ਮੁਠੀ ਚ ਕੁੱਟ ਕੇ ਸਿੱਧਾ ਘਰ ਵੱਲ ਦੌੜ ਪਿਆ ਜੇ ਉਸ ਦਿਨ ਮੇਰੀ ਉਡੀਕ ਕੀਤੇ ਬਗੈਰ ਸ਼ਮੀ ਨੇ ਉਹ ਕਾਫੂਰੀ ਸੂਟ ਬਦਲ ਲਿਆ ਹੁੰਦਾ ਤਾਂ ਮੈਂ ਖੁਸ਼ੀ ਨਾਲ ਇੰਨਾ دیਵਾਨਾ ਕਦੇ ਨਹੀਂ ਸੀ ਹੁੰਦਾ ਹਾਂ ਫਿਰ ਜਾਗ ਗਿਆ ਸੁਪਨਿਆਂ ਦਾ ਉਹੀ ਸੰਸਾਰ ਹਾਲਾਂਕਿ ਇੱਕ ਹੁਸੈਨ ਤੋਂ ਹੁਸੈਨ ਦੁਨੀਆ ਸਿਰਜਣ ਲਈ 10 ਤੋਂ ਵੱਧ ਇੱਕ ਦਮੜੀ ਖਰਚ ਨਹੀਂ ਸੀ ਹੋਣੀ ਜਦੋਂ ਬਹੁਤ ਸਾਰੀਆਂ ਚੀਜ਼ਾਂ ਦੀ ਲਿਸਟ ਬਣਾ ਰਿਆ ਸੀ ਸ਼ਮੀ ਨੇ ਮੇਰੇ ਹੱਥੋਂ ਕਾਗਜ਼ ਖੋ ਕੇ ਨੀਰੋ ਲੀਰ ਕਰ ਦਿੱਤਾ ਤੇ ਬੋਲੀ ਇੰਨੇ ਕਿਲੇ ਨਾ ਬਣਾਓ ਨੋਟ ਨੂੰ ਫੇਰ ਨਜ਼ਰ ਲੱਗ ਜਾਏਗੀ ਸ਼ਮੀ ਠੀਕ ਕਹਿੰਦੀ ਹੈ ਮੈਂ ਸੋਚਿਆ ਨਾ ਸੁਪਨੇ ਇੰਨੇ ਰੰਗੀਨ ਹੋਣ ਤੇ ਨਾ ਉਹਨਾਂ ਦੇ ਟੁੱਟਣ ਦਾ ਦੁੱਖ ਹੋਵੇ ਫਿਰ ਮੈਂ ਕਿਹਾ ਇੱਕ ਗੱਲ ਸ਼ਮੀ ਮੈਨੂੰ ਡਰ ਹੈ ਕਿ ਨੋਟ ਕਿਤੇ ਫੇਰ ਨਾ ਗਵਾਜਾਏ ਮੇਥੋਂ ਤੇਰੀ ਖੇਮੂ ਗਵੰਡਣ ਬਾਜ਼ਾਰ ਜਾ ਰਹੀ ਹੈ ਉਦੇ ਨਾਲ ਜਾ ਕੇ ਤੂੰ ਇਹ ਸਾਰੀਆਂ ਚੀਜ਼ਾਂ ਖੁਦ ਹੀ ਖਰੀਦ ਲਿਆ ਕਫੂਰੀ ਮੀਨਾਕਾਰੀ ਵਾਲੇ ਕਾਂਟੇ ਡੀ ਐਮ ਸੀ ਦੇ ਗੋਲੇ ਮਗਜ਼ੀ ਤੇ ਦੇਖ ਪੋਪੀ ਮੁੰਨੇ ਲਈ ਗੁਲਾਬ ਜਮਨਾ ਜ਼ਰੂਰ ਲਈਂ ਜ਼ਰੂਰ ਸ਼ਮੀ ਨੇ ਖੇਮੋ ਦੇ ਨਾਲ ਜਾਣਾ ਮਨਜ਼ੂਰ ਕਰ ਲਿਆ ਤੇ ਸ਼ਾਮ ਸ਼ਮੀ ਨੇ ਕਸ਼ਮੀਰੀ ਕਢਾਈ ਵਾਲਾ ਉਹ ਸੂਟ ਪਾਇਆ ਜਿਹੜਾ ਉਹਨੂੰ ਦਹੇਸ਼ਟ ਮਾਪਿਆ ਨਹੀਂ ਦਿੱਤਾ ਸੀ ਬੱਚਿਆਂ ਦੇ ਚੀਕ ਚਹਾੜੇ ਤੇ ਮੈਨੂੰ ਬੜੀ ਛੇਤੀ ਧੀ ਚੜ ਜਾਂਦੀ ਹੈ ਪਰ ਉਸ ਦਿਨ ਮੈਂ ਬੜੀ دیر ਤੱਕ ਬੱਚੂ ਨਿੱਕੀ ਨਿਕੂ ਨੂੰ ਆਪਣੇ ਉਹਨਾਂ ਦੀ ਮਾਂ ਦੀ ਗੈਰ ਹਾਜ਼ਰੀ ਚ ਬੜੀ ਦੇਰ ਤੱਕ ਖਡਾਉਂਦਾ ਰਿਹਾ ਰਸੋਈ ਚ ਬਾਲਣ ਲਈ ਬਾਲਣ ਵਾਲੀ ਚੋਰ ਗੁਸਲਖਾਨੇ ਨੰਗੀਆਂ ਛੱਤਾਂ ਉੱਤੇ ਸਭ ਨੇ ਥਾਈ ਲਪਦਾ ਫਿਰਿਆ ਮੈਂ ਉਹਨੂੰ ਪੁੱਛ ਕਰਦਿਆਂ ਹੋਇਆ ਕਿ ਆ ਟ੍ਰਾਈਸਾਈਕਲ ਲੈਣ ਗਈ ਹੈ ਨਹੀਂ ਜਾਣਦੇ ਟ੍ਰਾਈਸਾਈਕਲ ਗੰਦੀ ਚੀਜ਼ ਹੁੰਦੀ ਹੈ ਹਾਥੋ ਗੁਬਾਰਾ ਲਿਆਏਗੀ ਬੀਬੀ ਤੇਰੇ ਲਈ ਬੜਾ ਸੋਹਣਾ ਗੁਬਾਰਾ ਤੇ ਬੱਚੂ ਧੀ ਰਾਣੀ ਨੇ ਮੇਰੇ ਸਾਹਮਣੇ ਥੁੱਕ ਦਿੱਤਾ ਬੋਲੀ ਐ ਗਾਂਧੀ ਪੁਸ਼ਪਮਣੀ ਨੂੰ ਵੀ ਮੈਂ ਗੋਦੀ 'ਚ ਚੁੱਕ ਲਿਆ ਤੇ ਕਿਹਾ ਪੋਪੀ ਮੁੰਨਾ ਅੱਜ ਗੁਲਾਬ ਜਾਮਣਾ ਢਿੱਡ ਭਰ ਕੇ ਖਾਏਗਾ ਨਾ ਉਹਦਾ ਮੂੰਹ ਪਾਣੀ ਨਾਲ ਭਰ ਗਿਆ ਉਹ ਗੋਦੀ 'ਚ ਉਤਰ ਗਈ ਤੇ ਬੋਲੀ ਇੰਜ ਲੱਗਦਾ ਪਾਪਾ ਜਿਵੇਂ ਵੱਡੀ ਸਾਰੀ ਗੁਲਾਬ ਜਾਮਨ ਖਾ ਰਹੀ ਹਾਂ ਨਿੱਕੂ ਰੋਂਦਾ ਰਿਹਾ ਪੁਸ਼ਪਮਣੀ ਵਰਾਂਡੇ 'ਚ ਕਥਕਲੀ ਮੁਦਰਾ ਨਾਲ ਉਹ ਸੋਹਣਾ ਨਾਚ ਨੱਚਦੀ ਰਹੀ ਪਰ ਮੈਨੂੰ ਮੈਨੂੰ ਮੇਰੇ ਕਲਪਨਾ ਮਹਿਲ ਚ ਉਡਾਰੀਆਂ ਲਾਉਣ ਤੋਂ ਕੌਣ ਰੋਕ ਸਕਦਾ ਸੀ ਕਿਤੇ ਮੇਰੀ ਕਲਪਨਾ ਦੇ ਮਹਿਲ ਢਹਿ ਢੇਰੀ ਨਾ ਹੋ ਜਾਣ ਇਸੇ ਲਈ ਮੈਂ ਸ਼ਮੀ ਨੂੰ ਬਾਜ਼ਾਰ ਭੇਜ ਦਿੱਤਾ ਸੀ ਮੈਂ ਸੋਚ ਰਿਹਾ ਸੀ ਸ਼ਮੀ ਹੁਣ ਕੋੜਾ ਹਸਪਤਾਲ ਕੋਲ ਪਹੁੰਚ ਗਈ ਹੋएगी ਹੁਣ ਕਾਲਜ ਰੋਡ ਦੀ ਨੁੱਕਰ ਤੇ ਹੋएगी ਹੁਣ ਗੰਦੇ ਇੰਜਨ ਕੋਲ ਤੇ ਇੱਕ ਬੜੀ ਧੀਮੀ ਆਵਾਜ਼ ਵਿੱਚ ਕੁੰਡੀ ਖੜਕੀ ਸ਼ਮੀ ਸਤਵਾਂ ਚਾਗੀ ਸੀ ਦਰਵਾਜ਼ੇ ਕੋਲ ਸ਼ਮੀ ਅੰਦਰ ਆਉਂਦੀ ਹੋਈ ਬੋਲੀ ਮੈਂ 2 ਰੁਪਏ ਖੇਮੇ ਤੋਂ ਉਧਾਰੇ ਲੈ ਕੇ ਵੀ ਖਰਚ ਕਰ ਰਹੀ ਆ ਕੋਈ ਗੱਲ ਨਹੀਂ ਮੈਂ ਕਿਹਾ ਫਿਰ ਬੱਚੂ ਪੋਪੀ ਮੁੰਨਾ ਤੇ ਮੈਂ ਤਿੰਨੇ ਸ਼ਮੀ ਦੇ ਅੱਗੇ ਪਿੱਛੇ ਭੌਣ ਲੱਗੇ ਸ਼ਮੀ ਦੇ ਹੱਥ ਵਿੱਚ ਇੱਕ ਬੰਡਲ ਦੇ ਸਿਵਾਏ ਹੋਰ ਕੁਝ ਵੀ ਨਹੀਂ ਸੀ ਉਹਨੇ ਮੇਜ਼ ਉੱਤੇ ਰੱਖ ਕੇ ਬੰਡਲ ਖੋਲਿਆ ਮੇਰੇ ਕੋਟ ਲਈ ਬੜਾ ਵਧੀਆ ਬਸਟੇਟ ਸੀ ਪੁਸ਼ਪਮਣੀ ਨੇ ਕਿਹਾ ਬੀਬੀ ਮੇਰੀ ਐ ਗੁਲਾਬ ਜਾਮਣਾ ਸ਼ਮੀ ਨੇ ਉਹਦੇ ਮੂੰਹ ਤੇ ਇੱਕ ਚਿਪੇੜ ਕੱਢ ਪਾਰੇ ਧੰਨਵਾਦ